ਦਰਿਆ ਦੇ ਕੰਢੇ ਕੋਈ ਗਰੀਬ ਖੜਾ ਮੱਛੀ ਪਕੜਦਾ ਸੀਗਾ ਜੀ। ਉਹਨੇ ਮੱਛੀ ਪਕੜੀ, ਜਦੋਂ ਉਹਨੇ ਮੱਛੀ ਪਕੜੀ ਆਪਣੇ ਹੱਥ ਵਿੱਚ ਲਿੱਤੀ, ਇੰਨੇ ਨੂੰ ਇੱਕ ਤਾਕਤਵਰ ਬੰਦਾ ਅਮੀਰ ਬੰਦਾ ਆਇਆ, ਉਹਨੇ ਉਹਦੇ ਕੋਲ ਤੇ ਮੱਛੀ ਖੋਲੀ ਆਪਣੀ ਤਾਕਤ ਦੇ ਨਾਲ ਕਿ ਮੈਂ ਤੇ ਤੂੰ ਜ਼ਿਆਦਾ ਤਾਕਤਵਰ ਹੈ। ਉਹਨੇ ਮੱਛੀ ਖੋਲੀ ਉਹਦੇ ਕੋਲ ਤੇ ਜੀ। ਹੁਣ ਗਰੀਬ ਬੰਦਾ ਕੀ ਕਰਦਾ ਜੀ, ਵਿਚਾਰਾ ਕੁਝ ਬੋਲਿਆ ਨਹੀਂ। ਜਿਸ ਅਮੀਰ ਬੰਦੇ ਨੇ, ਤਾਕਤਵਰ ਬੰਦੇ ਨੇ ਮੱਛੀ ਖੋਹੀ ਸੀਗੀ, ਹਲੇ ਮੱਛੀ ਤੜਫਦੀ ਸੀਗੀ, ਤੜਫਦੀ ਨੇ ਉਸ ਅਮੀਰ ਬੰਦੇ ਦੇ ਗੂਠੇ ਦੇ ਉੱਤੇ ਦੰਦੀ ਵੱਢਤੀ। ਜਦੋਂ ਦੰਦੀ ਵੱਢੀ, ਬੜਾ ਤੜਫਿਆ ਜੀ, ਬੜਾ ਉਹਨੂੰ ਦਰਦ ਹੋਇਆ। ਮੱਛੀ ਤਾਂ ਉਹ ਲੈ ਗਿਆ ਪਕੜ ਕੇ, ਜਿੱਥੇ ਜਿੱਥੇ ਦੰਦੀ ਵੱਢੀ ਗਈ ਸੀਗੀ ਉੱਥੇ ਜ਼ਖਮ ਹੋ ਗਿਆ ਜੀ। ਥੋੜ੍ਹੇ ਕੁ ਦਿਨਾਂ ਬਾਅਦ ਡਾਕਟਰ ਕੋਲ ਗਿਆ, ਡਾਕਟਰ ਸਾਹਿਬ ਨੂੰ ਕਹਿੰਦਾ ਜੀ ਆ ਮੇਰੇ ਜ਼ਖਮ ਹੋ ਗਿਆ ਤਾਂ ਇਲਾਜ ਕਰੋ। ਡਾਕਟਰ ਕਹਿੰਦਾ ਇਲਾਜ ਕਰ ਦਿੰਦੇ, ਕੋਈ ਗੱਲ ਨਹੀਂ ਭਾਈ। ਇਲਾਜ ਕੀਤਾ ਜੀ, ਤਿੰਨ ਚਾਰ ਦਿਨ ਪੱਟੀ ਬੰਨ੍ਹ ਕੇ ਰੱਖੀ। ਚਾਰ ਕੁ ਦਿਨਾਂ ਬਾਅਦ ਡਾਕਟਰ ਕੋਲ ਗਿਆ, ਡਾਕਟਰ ਨੇ ਪੱਟੀ ਖੋਲ੍ਹੀ, ਉਹਨੇ ਦੇਖਿਆ ਕਿ ਜਿਹੜਾ ਜ਼ਖਮ ਸੀਗਾ ਇਹ ਹੋਰ ਵੱਡਾ ਹੋ ਗਿਆ। ਉਹ ਕਹਿੰਦਾ ਤੇਰਾ ਅੰਗੂਠਾ ਵੱਢਣਾ ਪੈਣਾ ਆ, ਜੇ ਅੰਗੂਠਾ ਨਾ ਵੱਢਿਆ ਤਾਂ ਪੂਰਾ ਹੱਥ ਖਰਾਬ ਹੋ ਜਾਣਾ ਆ। ਹੁਣ ਮਰਦਾ ਕੀ ਨਾ ਕਰਦਾ ਜੀ, ਉਹ ਕਹਿੰਦਾ ਵੱਢ ਦਿਓ ਜੀ। ਡਾਕਟਰ ਨੇ ਅੰਗੂਠਾ ਵੱਢਤਾ ਜੀ ਅਤੇ ਪੱਟੀ ਹੱਥ ਉੱਪਰ ਕਰਤੀ। ਹਫ਼ਤਾ ਕੁ ਫਿਰ ਨਿਕਲ ਗਿਆ ਜੀ, ਡਾਕਟਰ ਕੋਲ ਫਿਰ ਗਿਆ, ਡਾਕਟਰ ਕੋਲ ਫਿਰ ਗਿਆ, ਦੇਖੋ ਜੀ ਹੁਣ ਮੇਰਾ ਜ਼ਖਮ ਠੀਕ ਹੋ ਗਿਆ ਆ, ਦਰਦ ਨਹੀਂ ਹਟਦਾ ਆ। ਡਾਕਟਰ ਨੇ ਪੱਟੀ ਖੋਲ੍ਹ ਕੇ ਦੇਖੀ, ਹੱਥ ਦੇ ਉੱਤੇ ਬਹੁਤ ਵੱਡਾ ਜ਼ਖਮ ਫਿਰ ਹੋ ਗਿਆ। ਡਾਕਟਰ ਕਹਿੰਦਾ ਹੱਥ ਵੱਢਣਾ ਪੈਣਾ, ਜੇ ਹੱਥ ਨਾ ਵੱਢਿਆ ਤਾਂ ਪੂਰੀ ਬਾਂਹ ਖਰਾਬ ਹੋ ਜਾਣੀ ਹੈ। ਕਮਾਲ ਹੋ ਗਈ ਹੈ, ਅੰਗੂਠੇ ਤੋਂ ਹੱਥ ਤੱਕ ਆ ਗਏ ਡਾਕਟਰ ਸਾਹਿਬ। ਹੁਣ ਬਾਂਹ ਪਛੋੜੀ ਹੈ ਅਤੇ ਮਰਦਾ ਕੀ ਨਾ ਕਰਦਾ, ਕਹਿੰਦਾ ਵੱਢ ਦਿਓ ਜੀ ਹੱਥ, ਕੋਈ ਗੱਲ ਨਹੀਂ। ਹੁਣ ਜਦੋਂ ਹੱਥ ਵੱਢਿਆ, ਬਾਂਹ ਦੇ ਉੱਤੇ ਪੱਟੀ ਕੀਤੀ, 10 ਕੁ ਦਿਨ ਫਿਰ ਬਤੀਤ ਹੋਏ, ਫਿਰ ਡਾਕਟਰ ਕੋਲ ਗਿਆ, ਡਾਕਟਰ ਸਾਹਿਬ ਹਾਲੇ ਵੀ ਦਰਦ ਹਟਿਆ ਨਹੀਂ ਗਿਆ। ਦੇਖਿਓ ਹੁਣ ਤਾਂ ਆਪਾਂ ਹੱਥ ਵੀ ਵੱਢਤਾ, ਹੁਣ ਮੇਰਾ ਜ਼ਖਮ ਠੀਕ ਹੋ ਗਿਆ। ਡਾਕਟਰ ਨੇ ਫਿਰ ਪੱਟੀ ਖੋਲ੍ਹ ਕੇ ਦੇਖਿਆ, ਜ਼ਖਮ ਫਿਰ ਹਰੇ ਦਾ ਹਰਾ। ਡਾਕਟਰ ਕਹਿੰਦਾ ਹੁਣ ਇੰਨੀ ਬਾਂਹ ਵੱਢਣੀ ਪੈਣੀ ਹੈ, ਜੇ ਇੰਨੀ ਬਾਂਹ ਨਾ ਵੱਢੀ ਤਾਂ ਪੂਰੀ ਬਾਂਹ ਜਾਣੀ ਹੈ। ਗੂਠੇ ਤੋਂ ਸ਼ੁਰੂ ਹੋਇਆ ਹੱਥ ਗਿਆ, ਹੱਥ ਤੋਂ ਸ਼ੁਰੂ ਹੋਇਆ ਕੋੜੀ ਤੱਕ ਬਾਂਹ ਵੱਢਤੀ ਡਾਕਟਰ ਨੇ। ਹੁਣ ਇੰਨੀ ਬਾਂਹ ਵੱਢੀ ਗਈ ਕੋੜੀ ਤੱਕ, ਡਾਕਟਰ ਨੇ ਫਿਰ ਪੱਟੀ ਕਰਤੀ। ਵੀ ਇੱਕ ਦਿਨ ਫਿਰ ਲੰਘੇ, ਫਿਰ ਜ਼ਖਮ ਦਿਖਾਉਣ ਗਿਆ, ਦਰਦ ਨਾ ਹਟਿਆ। ਡਾਕਟਰ ਨੇ ਫਿਰ ਦੇਖਿਆ, ਜ਼ਖਮ ਫਿਰ ਹਰੇ ਦਾ ਹਰਾ। ਡਾਕਟਰ ਕਹਿੰਦਾ ਹੁਣ ਇੱਥੋਂ ਤੱਕ ਬਾਂਹ ਵੱਢਣੀ ਪੈਣੀ ਹੈ, ਮੋਢੇ ਤੱਕ, ਜੇ ਨਾ ਵੱਢੀ ਪੂਰਾ ਸਰੀਰ ਖਤਮ ਹੁੰਦਾ ਹੈ। ਡਾਕਟਰ ਨੇ ਉਹਨੂੰ ਗੱਲਾਂ ਗੱਲਾਂ 'ਚ ਪੁੱਛ ਲਿਆ, ਕਹਿੰਦੇ ਸੱਚ ਦੱਸੀ, ਕੋਈ ਮਾੜਾ ਕੰਮ ਤਾਂ ਨਹੀਂ ਕੀਤਾ ਤੇਰੇ ਜੀਵਨ ਤੋਂ, ਤੇਰੀ ਜ਼ਿੰਦਗੀ ਵਿੱਚ ਤੂੰ ਕਿਸੇ ਦਾ ਮਾੜਾ ਤਾਂ ਨਹੀਂ ਕੀਤਾ? ਜਿਹੜੀ ਤੈਨੂੰ ਇਹ ਸਜ਼ਾ ਮਿਲ ਰਹੀ ਹੈ ਉਹਨੂੰ ਯਾਦ ਆਇਆ? ਕਹਿੰਦਾ ਹਾਂ ਡਾਕਟਰ ਸਾਹਿਬ, ਕਿਸੇ ਗਰੀਬ ਦੀ ਮੱਛੀ ਹੋ ਕੇ ਲਿਆਇਆ ਸੀਗਾ, ਹੱਕ ਕਿਸੇ ਦਾ ਸੀਗਾ ਪਰ ਹੱਕ ਮੈਂ ਆਪਣਾ ਜਮਾ ਲਿਆ ਉਹਦੇ ਉੱਪਰ ਆਪਣੀ ਤਾਕਤ ਨਾਲ। ਉਹਦੇ ਕੋਲ ਮੱਛੀ ਖੋਲ੍ਹੀ ਮੈਂ, ਮੇਰਾ ਹੱਕ ਨਹੀਂ ਸੀਗਾ, ਹੱਕ ਉਹਦਾ ਸੀਗਾ, ਮੈਂ ਖੋ ਕੇ ਲਿਆਇਆ। ਡਾਕਟਰ ਕਹਿੰਦਾ ਜੇ ਆਪਣੀ ਜ਼ਿੰਦਗੀ ਚਾਹੁੰਦਾ ਆ ਕਿ ਤੇਰੀ ਜ਼ਿੰਦਗੀ ਬਚ ਜਾਵੇ, ਉਸ ਬੰਦੇ ਨੂੰ ਲੱਭ ਅਤੇ ਉਸ ਬੰਦੇ ਕੋਲ ਜਾ ਕੇ ਮਾਫ਼ੀ ਮੰਗ। ਗਿਆ ਜੀ, ਤੋੜਿਆ, ਲੱਭਿਆ, ਲੱਭਣ ਤੋਂ ਬਾਅਦ ਉਹ ਬੰਦਾ ਲੱਭਿਆ, ਉਹਦੇ ਪੈਰਾਂ 'ਚ ਗਿਰ ਗਿਆ ਕਿ ਮੈਨੂੰ ਮਾਫ਼ ਕਰ ਦੇ, ਮੈਨੂੰ ਬਖਸ਼ ਲੈ, ਮੇਰੇ ਅੰਗੂਠੇ ਤੋਂ ਸ਼ੁਰੂ ਹੁੰਦਾ ਹੁੰਦਾ ਜ਼ਖਮ ਮੇਰੀ ਬਾਂਹ ਤੱਕ ਚਲਾ ਗਿਆ ਆ, ਸਾਰੀ ਬਾਂਹ ਮੇਰੀ ਕੱਟੀ ਗਈ ਹੈ, ਮੈਨੂੰ ਇਹ ਦੱਸ ਕਿ ਤੂੰ ਮੇਰੇ ਉੱਤੇ ਐਸਾ ਕਿਹੜਾ ਮੰਤਰ ਮਾਰਿਆ ਆ ਕਿ ਮੇਰੀ ਬਾਂਹ ਤੱਕ ਕੱਟੀ ਗਈ ਹੈ, ਬਾਂਹ ਤੱਕ ਖਰਾਬ ਹੋ ਗਈ ਹੈ। ਉਸ ਗਰੀਬ ਬੰਦੇ ਨੇ ਪਤਾ ਕੀ ਜਵਾਬ ਦਿੱਤਾ ਜੀ? ਉਹ ਕਹਿੰਦਾ ਮੈਂ ਕੋਈ ਮੰਤਰ ਨਹੀਂ ਮਾਰਿਆ, ਕਹਿੰਦਾ ਸਿਰਫ ਮੈਂ ਰੱਬ ਅੱਗੇ ਇੱਕ ਅਰਦਾਸ ਕੀਤੀ ਸੀ ਕਿ ਰੱਬ ਜੀ, ਇਸ ਅਮੀਰ ਬੰਦੇ ਨੇ ਮੇਰੇ ਉੱਪਰ ਆਪਣੀ ਤਾਕਤ ਦਿਖਾਈ ਹੈ, ਗਰੀਬ ਬੰਦੇ ਪਰ ਸੁਣਿਓ ਧਿਆਨ ਹੈ ਜੀ, ਇਸ ਅਮੀਰ ਬੰਦੇ ਨੇ
अपनी ताकत मेरे उपर दिखाई गए। रब जी तुसी अपनी ताकत इहदे उपर दिखायो। कहिंदा तू मेरे पर अपनी ताकत दिखा गया, मेरा रब अपनी ताकत हुण तेरे पर दिखा रहा है। बस संगत जी ये गल याद रखियो, कदे किसे दा हक ना मारियो। जदों तुसी किसे दा हक मारोगे, ठीक है तुसी अपनी ताकत दे नाल किसे गरीब दे उत्ते धक्का कर सकते हो, किसे गरीब नूं रुवा सकते हो, किसे दा हक मार के उहनूं बर्बाद कर सकते हो, किसे दा हक खो सकते हो। याद रखियो, जे गरीब रो के रब दे चरणा च अरदास कर देवे, फिर गरीब की थां दे उत्ते रब बदला लेगा। जदों रब बदला लेण ते आ जाएगा ना जी, याद रखियो हंकारी बंदे दा रब कुछ भी नहीं छड़ेगा। वो अदीब ने बड़ी प्यारी गल लिखी, कहना गरीब को मत सता वो रो देगा, गरीब को मत सता वो रो देगा, उसके मालक को खबर हुई तो जड़ से धो देगा। किसी का हक ना मारियो कदे जिंदगी च, कदे अपनी ताकत का गलत वरतों ना करो, कदे किसी गरीब के उत्ते जुल्म ना करो। कि जो रब बदला लेने ते आ जावे ना जी, रब घर दे विच तप्पड़ बिछा दिंदा आ। मालक ने ताई किया सीगा, अपने हक की खा जो तेरे हक की है। एवें किसी गरीब का हक ना मारी। ये दुनिया का दस्तूर रब ने बनाया आ कि जैसी करनी वैसी भरनी, कुदरत जे सिखलाए कांटे बोने वाला फूल कहाँ से पाए। कितों फुल प्राप्त करोगे जे कंडे बीजोगे, जिदा का बीजोगे उदा का खाना पैना है। सो रब तो डर के अपनी जिंदगी बतीत करिए, किसी गरीब का कदे हक ना मारिए।